ਨਾਭਾ ਵਿੱਚ ਸਿਰਫ 30 ਮਿੰਟ ਦੀ ਬਰਸਾਤ ਨੇ ਨਗਰ ਕੌਂਸਲ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਭਾਵੇਂ ਕਿ ਆਪ ਪਾਰਟੀ ਦੇ ਵਿਧਾਇਕ ਦੇਵਮਾਨ ਵੱਲੋਂ ਮੌਨਸੂਨ ਆਉਣ ਤੋਂ ਪਹਿਲਾਂ ਬਰਸਾਤੀ ਨਾਲਿਆਂ ਦੀ ਸਫਾਈ ਕਰਨ ਦੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਇਹ ਦਾਅਵੇ ਬਿਲਕੁਲ ਖੋਖਲੇ ਦਿਖਾਈ ਦੇ ਰਹੇ ਹਨ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਦੇ ਪਾਣੀ ਨੇ ਕਿਵੇਂ ਸਮੁੰਦਰ ਦਾ ਰੂਪ ਧਾਰ ਲਿਆ ਅਤੇ ਪਾਣੀ ਦੇ ਨਾਲ ਲੋਕ ਜੱਦੋ ਜਹਿਦ ਕਰਦੇ ਹੋਏ ਆਪਣੀ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਨ। ਪਾਣੀ ਬਹੁਤ ਹੈ ਜੀ, ਪਹਿਲਾਂ ਬਹੁਤ ਹੀ ਅੱਧਾ ਘੰਟਾ ਮੀਂਹ ਪਿਆ ਸੀ ਨਾਭੇ ਦੇ ਵਿੱਚ, ਇਹ ਸਫਾਈਆਂ ਦੇ ਬਾਵਜੂਦ ਵੀ ਇਹ ਹਾਲ ਨੇ ਨਾਭੇ ਦੇ। ਤੁਸੀਂ ਦੇਖ ਲਓ ਸਾਰੇ ਪਾਸੇ ਪਾਣੀ, ਇੱਧਰ ਪਾਣੀ, ਬੰਦਾ ਲੰਘੂ ਕਿੱਧਰੋਂ ਦੀ। ਅਤੇ ਨਗਰ ਕੌਂਸਲ ਤਾਂ ਕਹਿੰਦੇ ਵੀ ਲੱਖਾਂ ਰੁਪਏ ਦੇ ਜਿਹੜੇ ਬਰਸਾਤੀ ਨਾਲੇ ਸਫਾਈ ਕਰਾਤੀ। ਦੇਖੋ ਜੀ, ਸਫਾਈਆਂ ਕਰਾਈਆਂ ਨੇ ਉਹ ਫੋਰਮੈਲਿਟੀਆਂ ਨੇ, ਜੇ ਸਫਾਈਆਂ ਕਰਾਉਂਦੇ ਪਾਣੀ ਖੜਦਾ ਨਾ। ਦੇਖੋ ਹੁਣ ਤੁਸੀਂ ਆਪ ਦੇਖੋ, ਅੱਧਾ ਘੰਟਾ ਮੀਂਹ ਪਿਆ, ਸਾਰੇ ਲੋਕ ਪਰੇਸ਼ਾਨ ਨੇ, ਕਿਸੇ ਦਾ ਸਕੂਟਰ ਮੋਟਰਸਾਈਕਲ ਵਿੱਚ ਪਾਣੀ ਦੇ ਖੜ੍ਹੇ ਨੇ। ਹੁਣ ਤੁਸੀਂ ਆਹ ਦੇਖ ਲਓ ਜੀ, ਰੋਡ ਦਾ ਬੁਰਾ ਹਾਲ ਆ, ਨਾਭੇ ਦਾ ਤਾਂ ਬੁਰਾ ਹਾਲ ਆ ਜੀ, ਬਹੁਤ ਬੁਰਾ ਹਾਲ ਕਰ ਰੱਖਿਆ, ਚਾਹੇ ਕਾਂਗਰਸ ਪਾਰਟੀ ਹੈ, ਚਾਹੇ ਅਕਾਲੀ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਹਾਲਾਤ ਸਾਰਿਆਂ ਦੇ ਇੱਕੋ ਹੀ ਨੇ ਜੀ। ਆਪਾਂ ਹੁਣ ਕਰੀਏ ਤਾਂ ਕਰੀਏ ਕੀ, ਆਮ ਬੰਦਾ ਤਾਂ ਬਸ ਇਹਨਾਂ ਦੇ ਮਗਰ ਹੋ ਜਾਂਦਾ। ਬੁਰਾ ਹਾਲ ਹੋਇਆ ਪਿਆ ਜੀ, ਗਰਮੀ ਤਾਂ ਜ਼ਰੂਰ ਰਾਹਤ ਮਿਲੀ ਹੈ, ਪਰ ਨਾਭੇ 'ਚ ਪਾਣੀ ਪਾਣੀ ਫਿਰ ਰਿਹਾ, ਜੇ 100 ਮੀਟਰ 'ਤੇ ਵੀ ਜਾਣਾ ਤਾਂ ਅੱਧਾ ਘੰਟਾ ਲੱਗ ਰਿਹਾ, ਇੰਨਾ ਪਾਣੀ ਫਿਰ ਰਿਹਾ ਨਾਭੇ 'ਚ। ਕਹਿੰਦੇ ਨਾਲਿਆਂ ਦੀ ਸਫਾਈ ਕੀਤੀ ਹੈ, ਲੱਗਦਾ ਜੀ ਪਾਣੀ ਉਨੀ ਸਪੀਡ ਨਾਲ ਨਹੀਂ ਜਾ ਰਿਹਾ ਜਿੰਨਾ ਚਾਹੀਦਾ। ਸਫਾਈ ਤਾਂ ਜ਼ਰੂਰ ਕਰੀ ਆ, ਪਰ ਉਹਨਾਂ ਸਪੀਡ ਨਾਲ ਜਾ ਨਹੀਂ ਰਿਹਾ। ਹੁਣ ਦੇਖ ਲਓ ਕਿੰਨੀ ਕੁ ਬਰਸਾਤ ਹੋਈ ਹੈ, ਅਤੇ ਨਾਭੇ ਜਿੱਧਰ ਨੂੰ ਮਰਜ਼ੀ ਚਲੇ ਜਾਓ ਪਾਣੀ ਪਾਣੀ ਫਿਰ ਰਿਹਾ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।